ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਅੱਜ ਗੁਰਦਾਸਪੁਰ ਵਿੱਚ ਬਸਪਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਣਾਈ ਗਈ ਕਮੇਟੀ ਦੱਸਦੀ ਹੈ ਕਿ ਗੁਰਦਾਸਪੁਰ ਵਿੱਚ ਬਸਪਾ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੇ ਆਧਾਰ ਨੂੰ ਵਧਾਉਣ ਅਤੇ ਉੱਚਾ ਚੁੱਕਣ ਲਈ ਪੰਜਾਬ ਜ਼ੋਨਲ ਇੰਚਾਰਜ ਹੰਸਰਾਜ ਅਤੇ ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਸਿੰਘ ਭਗਤ ਦੀ ਅਗਵਾਈ ਹੇਠ ਬਸਪਾ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਜ਼ਿਲ੍ਹਾ ਪੱਧਰੀ ਕਮੇਟੀ ਦੀ ਚੋਣ ਕੀਤੀ ਗਈ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੇ ਯੂਨਿਟ ਬਣਾਏ ਗਏ ਅਤੇ ਵਰਕਰਾਂ ਨੂੰ ਅਹੁਦੇਦਾਰੀਆਂ ਸੌਂਪੀਆਂ ਗਈਆਂ। ਇਸ ਮੌਕੇ 'ਤੇ ਬਸਪਾ ਪਾਰਟੀ ਦੇ ਪੰਜਾਬ ਜ਼ੋਨਲ ਇੰਚਾਰਜ ਹੰਸਰਾਜ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਸਿੰਘ ਭਗਤ ਨੇ ਦੱਸਿਆ ਕਿ ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ਦੀ ਕਮੇਟੀ ਨੂੰ ਭੰਗ ਕੀਤਾ ਗਿਆ ਸੀ ਅਤੇ ਨਵੀਂ ਕਮੇਟੀ ਬਣਾਉਣ ਲਈ ਉਹਨਾਂ ਨੂੰ ਪਾਰਟੀ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਲਈ ਅੱਜ ਪਾਰਟੀ ਦੇ ਹੁਕਮਾਂ ਅਨੁਸਾਰ ਬਸਪਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਪਾਰਟੀ ਦੇ ਆਧਾਰ ਨੂੰ ਵਧਾਉਣ ਅਤੇ ਉੱਚਾ ਚੁੱਕਣ ਲਈ ਜ਼ਿਲ੍ਹੇ ਵਿੱਚ 5 ਮੈਂਬਰੀ ਕਮੇਟੀ ਬਣਾਈ ਗਈ ਹੈ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੇ ਯੂਨਿਟ ਬਣਾਏ ਗਏ ਹਨ ਅਤੇ ਵਰਕਰਾਂ ਨੂੰ ਅਹੁਦੇਦਾਰੀਆਂ ਸੌਂਪੀਆਂ ਗਈਆਂ ਹਨ ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਵਧੀਆ ਢੰਗ ਨਾਲ ਕੰਮ ਕਰਨਗੇ। ਦੇਖੋ ਇਨਸਾਫ ਟੀਵੀ 'ਤੇ ਪੂਰੀ ਖਬਰ ਦਾ ਜੋ ਏਜੰਡਾ ਹੈ। ਮੈਨੂੰ 31 ਜੁਲਾਈ ਨੂੰ ਭੈਣ ਕੁਮਾਰੀ ਮਾਇਆਵਤੀ ਜੋ ਨੈਸ਼ਨਲ ਲੀਡਰ ਨੇ ਸਾਡੇ ਨੇਤਾ ਨੇ ਬਹੁਜਨ ਸਮਾਜ ਪਾਰਟੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਦੀ ਜੋ ਲੀਡਰਸ਼ਿਪ ਹੈ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਜਸਵੀਰ ਸਿੰਘ ਜੀ ਗੜ੍ਹੀ ਅਤੇ ਭੈਣ ਕੁਮਾਰੀ ਮਾਇਆਵਤੀ ਦੁਆਰਾ ਪੰਜਾਬ ਦੇ ਇੰਚਾਰਜ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਹੈ ਪਾਰਟੀ ਦਾ ਵਿਸਥਾਰ ਕਰਨ ਵਾਸਤੇ ਸ਼੍ਰੀ ਬੈਨੀਪਾਲ ਜੀ, ਅਤੇ ਸਾਨੂੰ ਹੁਕਮ ਕੀਤਾ ਗਿਆ ਸੀਗਾ ਕਿ ਇੱਥੇ ਪਾਰਟੀ ਦਾ ਆਧਾਰ ਜਿਹੜਾ ਹੈ ਉਹ ਵਧਾਇਆ ਜਾਵੇ, ਪਾਰਟੀ ਨੂੰ ਪਾਰਟੀ ਦੇ ਨਾਲ ਲੋਕਾਂ ਨੂੰ ਸਮੁੱਚੇ ਸਮਾਜ ਦੇ ਲੋਕਾਂ ਨੂੰ ਜੋੜਿਆ ਜਾਵੇ ਔਰ ਪਾਰਟੀ ਦੇ ਅੰਦਰ ਡਿਸਟ੍ਰਿਕਟ ਦੀਆਂ ਜਿੰਨੀਆਂ ਵੀ ਅਸੈਂਬਲੀ ਦੀਆਂ ਵਿਧਾਨ ਸਭਾ ਨੇ ਉਹਨਾਂ ਦੇ ਅੰਦਰ ਪਾਰਟੀ ਦੇ ਯੂਨਿਟ ਜਿਹੜੇ ਆ ਉਹ ਬਣਾਏ ਜਾਣ। ਸੋ ਅੱਜ ਅਸੀਂ ਮਤਲਬ ਪਾਰਟੀ ਦੇ ਜੋ ਯੂਨਿਟ ਬਣਾ ਕੇ ਭੇਜੇ ਸੀਗੇ ਉਹ ਸਾਡੀ ਜਿਹੜੀ ਮਤਲਬ ਲੀਡਰਸ਼ਿਪ ਹੈ ਪੰਜਾਬ ਦੀ ਉਸ ਯੂਨਿਟ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਹੈ ਔਰ ਸਾਨੂੰ ਇਹ ਗੱਲ ਕਹੀ ਗਈ ਹੈ ਕਿ ਮੀਟਿੰਗ ਕਰਕੇ ਇਹਨਾਂ ਨੂੰ ਪਬਲਿਕਲੀ ਅਨਾਊਂਸ ਕਰ ਦਿਉ। ਸੋ ਹਾਂ, ਅੱਜ ਜਿਹੜੀ ਮਤਲਬ ਡਿਸਟ੍ਰਿਕਟ ਦੀ ਮੀਟਿੰਗ ਅਸੀਂ ਅਹੁਦੇਦਾਰਾਂ ਦੀ ਅਨਾਊਂਸ ਕੀਤੀ ਹੈ, ਉਹ 5 ਮੈਂਬਰੀ ਅਨਾਊਂਸ ਕੀਤੀ ਹੈ ਜਿਨ੍ਹਾਂ ਵਿੱਚ ਇੱਕ ਪ੍ਰਧਾਨ ਮਤਲਬ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹ ਖੁਦ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ ਮਤਲਬ ਨਿਯੁਕਤ ਕੀਤੇ ਸੀਗੇ ਇੱਥੇ। ਮੇਰੇ ਨਾਲ ਜਿੰਦਾ ਸਿਰਫ ਇਹ ਸੀਗਾ ਕਿ ਸਾਨੂੰ ਇੱਥੇ ਗੜ੍ਹੀ ਸਾਹਿਬ ਆਏ ਪੰਜਾਬ ਪ੍ਰਧਾਨ ਸੂਬਾ ਪ੍ਰਧਾਨ, ਉਹਨਾਂ ਨੇ ਇੱਕ ਮੀਟਿੰਗ ਲਈ ਸਮੀਖਿਆ ਮੀਟਿੰਗ, ਉਹ ਸਮੀਖਿਆ ਮੀਟਿੰਗ ਦੇ ਵਿੱਚ ਇਹ ਬੋਡੀ ਭੰਗ ਕਰ ਦਿੱਤੀ ਸੀ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ। ਉਸ ਤੋਂ ਬਾਅਦ ਮੇਰੀ ਡਿਊਟੀ ਲਾਈ ਸੀਗੀ ਅਤੇ JP ਸਾਹਿਬ ਨੂੰ ਉਸ ਮੀਟਿੰਗ 'ਚ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਬਣਾਇਆ ਸੀ, ਤਾਂ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਸੀਗੀ, ਨਾਲ ਮੈਨੂੰ ਜ਼ਿੰਮੇਵਾਰੀ ਮਿਲੀ ਕਿ ਅਗਲੀਆਂ ਬੋਡੀਆਂ ਵਿਧਾਨ ਸਭਾ ਦੀਆਂ ਬਣਾ ਕੇ ਤੁਸੀਂ ਆਪ ਡਿਕਲੇਅਰ ਕਰੋ ਕਿ ਤੁਹਾਡੀ ਜ਼ਿੰਮੇਵਾਰੀ ਆ, ਲੇਕਿਨ ਜਿਹੜਾ ਡਿਸਟ੍ਰਿਕਟ ਦੀ ਬੋਡੀ ਬਣਾਉਣੀ ਆ ਪੂਰਾ ਪੈਨਲ ਸਾਨੂੰ ਭੇਜੋ ਔਰ ਅਸੀਂ ਉਹਦੀ ਓਕੇ ਕਰਾਂਗੇ। ਇਸ ਤੋਂ ਬਾਅਦ ਸਾਡੀ 26 ਤਰੀਕ ਨੂੰ ਮੀਟਿੰਗ ਹੋਈ ਆ, 26 ਤਰੀਕ ਦੀ ਮੀਟਿੰਗ 'ਚ ਅਸੀਂ ਪੰਜਾਬ ਪ੍ਰਧਾਨ ਅੱਗੇ ਇਹ ਬੋਡੀ ਦਾ ਪੈਨਲ ਰੱਖਿਆ, ਤਾਂ ਇਸ ਪੈਨਲ ਦੇ ਵਿੱਚ ਅਸੀਂ ਉਹਨਾਂ ਨੂੰ ਪੁੱਛਿਆ ਕਿ ਇਹਦੀ ਓਕੇ, ਅਤੇ ਉਹਨਾਂ ਨੇ ਕਿਹਾ ਤਾਂ ਇੱਕ ਓਕੇ। ਉਸ ਸੰਬੰਧ ਦੇ ਵਿੱਚ ਅੱਜ ਮੀਟਿੰਗ ਰੱਖੀ ਸੀਗੀ ਕਿ ਸਾਥੀਆਂ ਨੂੰ ਸਾਰੇ ਸਾਥੀਆਂ ਦੇ ਸਾਹਮਣੇ ਸਰਵਜਨ ਕੀਤਾ ਜਾਏ
ਔਰ ਉਹਨਾਂ ਨੂੰ ਸਨਮਾਨ ਕੀਤਾ ਜਾਏ ਤਾਂ ਜੀ ਅਗਲੇ ਕਾਰਜਕਰਤਾ ਦੀ ਕਾਰਵਾਈਆਂ ਜਿਹੜੀਆਂ ਨਾ ਪਾਰਟੀ ਹਿੱਤ 'ਚ ਚਲਾਈਆਂ ਜਾਣ।